ਅਲਹਮਦੁਲਿਲਾ ਜੀ, ਹਾਰਵੈਸਟਰ ਦੇ ਭਰੋਲੇ ਦੇ ਵਿੱਚੋਂ ਦਾਣੇ ਆਉਣਾ ਸ਼ੁਰੂ ਹੋ ਗਏ ਨੇ ਅਲਹਮਦੁਲਿਲਾ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਉਮੀਦ ਕਰਨਾ ਕਿ ਸਾਰੇ ਦਾ ਸਭਾ ਬਿਲਕੁਲ ਠੀਕ ਠਾਕ ਹੋਣਗੇ, ਹਾਸੇ ਵਸੇ ਅਤੇ ਮੁਸਕਰਾਉਂਦੇ ਹੋਣਗੇ। ਅਤੇ ਜਨਾਬ, ਵੈਲਕਮ ਬੈਕ ਹੋ ਗਿਆ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ 'ਚ। ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਕਰ ਲਓ ਸਬਸਕ੍ਰਾਈਬ, ਬੈਲ ਆਈਕਨ 'ਤੇ ਕਰ ਲਓ ਕਲਿੱਕ, ਤਾਂ ਕਿ ਸਾਰੀ ਵੀਡੀਓਜ਼। ਜਨਾਬ ਅਲੀ, ਮਸਰੂਫੀਅਤ ਕੁਛ ਇਸ ਤਰ੍ਹਾਂ ਦੀ, ਅੱਜ ਜਨਾਬ ਗੰਦਮ ਸਾਡੀ ਜਨਾਬ ਬਿਲਕੁਲ ਤਿਆਰ ਪੱਕੀ ਪਈ ਹੈ। ਮੌਸਮ ਵੀ ਬਹੁਤ ਹੀ ਜ਼ਿਆਦਾ ਖਰਾਬ ਹੈ ਬਾਹਰ ਦਾ, ਮਤਲਬ ਕਦੇ ਹਵਾ ਆ ਜਾਂਦੀ ਹੈ, ਕਦੇ ਬੱਦਲ ਆ ਜਾਂਦੇ ਨੇ, ਅਤੇ ਕੋਈ ਚੀਜ਼ ਕਿਸੇ ਚੀਜ਼ ਦੀ ਸਮਝ ਨਹੀਂ ਆ ਰਹੀ। ਅੱਜ ਬੜੀ ਮੁਸ਼ਕਲ ਦੇ ਨਾਲ ਜਿਹੜਾ ਹਾਰਵੈਸਟਰ, ਜਿਹਨੂੰ ਪੰਜਾਬੀ 'ਚ ਭੜੋਲਾ ਕਹੀਦਾ, ਬੜੀ ਮੁਸ਼ਕਲ ਨਾਲ ਢੂੰਡਿਆ। ਸੁਬਹ ਦਾ ਮੈਂ ਅਤੇ ਮੇਰਾ ਮਾਮੂ ਜਿਹੜਾ ਉਹ ਸੁਬਹ ਦੇ ਹੀ ਉਹਦੇ ਪਿੱਛੇ ਗਏ ਹਾਂ। ਜਨਾਬੇ ਅਲੀ, ਫਿਲਹਾਲ ਹੁਣ ਸਾਨੂੰ ਆ ਕੇ ਉਹਨੇ ਟਾਈਮ ਦਿੱਤਾ, ਫਿਲਹਾਲ ਹੁਣ ਮੈਂ ਜਾਂਦਾ ਜਾ ਕੇ ਥਾਵਾਂ 'ਚ ਚੱਲਦੇ ਹਾਂ, ਠੀਕ ਹੈ? ਅਤੇ ਜਾ ਕੇ ਆਪਣੀ ਜਿਹੜੀ ਸਾਡੀ ਗੰਦਮ ਹੈ ਉਹਨੂੰ ਭਰੋਲਾ ਛੁਲਾ ਫਰਾਉਂਦੇ ਹਾਂ, ਅਤੇ ਨਾਲ ਤੁਹਾਨੂੰ ਇਨਸ਼ਾਅੱਲਾ ਸਾਰੀ ਵੀਡੀਓ ਵਹਾਉਂਦੇ ਹਾਂ। ਅਤੇ ਵੀਡੀਓ ਨਾਲ ਵੀ ਅੰਤ ਤੱਕ ਵੇਖਣਾ ਜਨਾਬ, ਤੁਹਾਨੂੰ ਪਿੰਡਾਂ ਦਾ ਪੂਰਾ ਮਾਹੌਲ ਅੱਜ ਵਹਾਇਆ ਜਾਏਗਾ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ। ਅਤੇ ਚਲੋ ਚੱਲਦੇ ਹਾਂ, ਛੋਟੇ ਭਾਈ ਦੀ ਕਾਲ ਆਈ ਹੈ ਕਿ ਲੋਡਰ ਲੈ ਕੇ ਆਈ ਆ, ਲੱਦ ਕੇ ਉਹਨੂੰ ਲੈ ਆਵਾਂਗੇ ਅਤੇ ਘਰ ਆ ਕੇ ਉਹਨੂੰ ਇਨਸ਼ਾਅੱਲਾ ਉਤਾਰ ਲਵਾਂਗੇ। ਅਤੇ ਚਲੋ ਚੱਲਦੇ ਹਾਂ ਜਨਾਬੇ ਅਲੀ, ਅਤੇ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਹੁੰਦੀ ਹੈ। ਅਤੇ ਚਲੋ ਜਨਾਬੇ ਅਲੀ, ਫਿਲਹਾਲ ਸ਼ੂਜ਼ ਵਗੈਰਾ ਪਹਿਨ ਕੇ ਜਾਂਦੇ ਹਾਂ, ਕਿਉਂਕਿ ਤੁਹਾਨੂੰ ਪਤਾ ਉੱਥੇ ਕਾਫੀ ਜ਼ਿਆਦਾ ਜਨਾਬ ਜਿਹੜੇ ਟਰੰਡੇ ਹੁੰਦੇ ਨੇ। ਅਲਹਮਦੁਲਿਲਾ ਜੀ, ਗੱਡੀ ਆਪਣੀ ਬਾਹਰ ਖੜੀ ਹੈ ਜਨਾਬ, ਅਤੇ ਚਲੋ ਚਾਬੀ ਸ਼ਾਬੀ ਲੈ ਲਈਏ ਅਤੇ ਚੱਲਦੇ ਹਾਂ। ਬਾਹਰ ਦਾ ਮੌਸਮ ਤੁਹਾਨੂੰ ਵਿਊ ਦਿੰਦਾ ਵਾ, ਧੁੱਪ ਸ਼ਦੀਦ ਕਿਸਮ ਦੀ ਲੱਗੀ ਹੈ, ਅੱਜ ਹਵਾ ਜਿਹੜਾ ਉਹ ਰੁਕੀ ਹੋਈ ਹੈ। ਇਹ ਜੀ ਸਾਡੇ ਮੁਹੱਲੇ ਦਾ ਜਿਹੜਾ ਹਵਾ, ਚਲੋ ਜੀ ਓਏ, ਲੋਕਡ 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 ਲੋਕ ਖੁੱਲ੍ਹਦਾ ਲੋਕ ਓਏ, ਖੁੱਲ੍ਹ ਜਾ ਸਿੰਘ ਸਿੰਘ, ਚਲੋ ਜੀ ਚਲੋ ਚੱਲਦੇ ਹਾਂ। ਅਤੇ ਮੌਸਮ ਗਰਮ ਹੀ ਜਨਾਬ, ਬਹੁਤ ਜ਼ਿਆਦਾ ਗਰਮ ਹੈ ਮੌਸਮ, ਜਿਹੜਾ ਗਰਮੀ ਆ ਗਈ, ਗਰਮੀ ਗਰਮੀ ਦੀ ਵਜ੍ਹਾ ਤੋਂ ਫਸਲ ਪੱਕ ਗਈ ਸਾਡੀ ਅਲਹਮਦੁਲਿਲਾ। ਫਰੈਸ਼ ਕਰ ਰਹੇ ਹਾਂ, ਇੱਧਰ ਐਵੇਂ ਤਾਂ ਸਾਰੀ ਪਈ ਹੈ, ਉਹ ਪਿੱਛੇ ਕਿਸੇ ਘੱਟੀ ਹੈ ਥੋੜ੍ਹੀ ਜਿਹੀ, ਬਾਕੀ ਐਸਾ ਹੀ ਚਲੋ ਜੀ ਜਨਾਬ ਅਲੀ, ਸਾਡੇ ਇਲਾਕੇ ਦੀ ਤਾਂ ਸਾਰੀ ਫਸਲ ਹੀ ਪਈ ਹੈ, ਸਾਰੀ ਦੀ ਸਾਰੀ ਫਸਲ ਜਿਹੜੀ ਨਾ ਉਹ ਇੰਜੀ ਪਈ ਹੈ। ਮੈਨੂੰ ਲੱਗਦਾ ਕਿ ਇੱਧਰ ਲੋਕ ਇਹ ਚੈੱਕ ਕਰੋ, ਇਹ ਥੋੜ੍ਹੀ ਜਿਹੀ ਕਿਸੇ ਨੇ ਕੱਟੀ ਹੱਥਾਂ ਦੇ ਨਾਲ। ਚਲੋ ਜਲਦੀ ਨਾਲ ਚੱਲਦੇ ਹਾਂ ਭਾਈ, ਸਾਡੇ ਘਰ ਦੇ ਮੇਰਾ ਇੰਤਜ਼ਾਰ ਕਰਦੇ ਨੇ, ਫਿਰ ਪਹੁੰਚ ਕੇ ਫਿਰ ਇਨਸ਼ਾਅੱਲਾ ਤੁਹਾਡੇ ਕਰਨੇ ਅਸੀਂ ਕਰ ਸਕਦਾ। A few moments later. ਲਓ ਜੀ ਜਨਾਬ, ਇਹ ਚੈੱਕ ਕਰ ਸਕਦੇ ਸੀ ਜਿਹੜਾ ਉਹ ਸਾਹਮਣੇ ਹਾਰਵੈਸਟਰ ਲੱਗਾ ਸਾਡੇ ਥਾਂ ਦੇ ਵਿੱਚ, ਇਹ ਵੀ ਕੋਸ਼ਿਸ਼ ਕਰ ਰਹੇ ਨੇ ਜੀ ਹਾਰਵੈਸਟਰ ਦੇ ਨਾਲ ਵਡਵਾਉਣ ਦੀ। ਅਤੇ ਚਲੋ ਅੱਗੇ ਚੱਲੀ ਜਾਂਦੇ ਹਾਂ, ਟੁਰੀ ਜਾਂਦੇ ਹਾਂ। ਅਲਹਮਦੁਲਿਲਾ ਜੀ, ਚੈੱਕ ਕਰ ਸਕਦੇ ਸੀ ਜਨਾਬ ਆਪਣੀ ਜਿਹੜੀ ਗੰਦਮ ਹੈ ਨਾ ਉਹ ਹਾਰਵੈਸਟ ਕੀਤੀ ਜਾ ਰਹੀ ਹੈ ਜਨਾਬ, ਲੈਵਲ ਯਾਰ ਲੈਵਲ, ਕਿਆ ਬਾਤ ਹੈ।
ਅਲਹਮਦੁਲਿਲਾ ਜੀ, ਅਲਹਮਦੁਲਿਲਾ। ਓ ਕਿਆ ਬਾਤ ਹੈ, ਹਵਾ ਦੀ ਸ਼ਿੱਦਤ ਕਾਫੀ ਜ਼ਿਆਦਾ, ਸਪੀਡ ਜ਼ਿਆਦਾ ਜੀ ਹਵਾ ਦੀ। ਅਲਹਮਦੁਲਿਲਾ ਜੀ, ਹੈਵੀ ਮਸ਼ੀਨ। ਕਿਆ ਬਾਤ ਹੈ, ਮਾਮਾ ਪਿੱਛੇ ਪਿੱਛੇ ਜਾ ਰਿਹਾ ਯਾਰ। ਫਿਲਹਾਲ ਜਨਾਬ ਬਸ ਇੱਕ ਹੀ ਭਰਾਤ ਰਹਿ ਗਈ ਉਹਦੀ, ਉੱਠ ਕੇ ਲੈ ਆਉਂਦਾ ਅਤੇ ਉਹ ਉੱਥੇ ਚੱਲਦੇ ਹਾਂ ਦਾਣਿਆਂ ਦੇ ਕੋਲ, ਅਤੇ ਜਾ ਕੇ ਜਿਸ ਜਗ੍ਹਾ 'ਤੇ ਦਾਣੇ ਉਹਨਾਂ ਆਸ ਢੁਆਣੇ ਨੇ ਉਸ ਜਗ੍ਹਾ 'ਤੇ ਜਨਾਬੇ ਵਾਲੀ ਜਾ ਕੇ ਆਪਣਾ ਜਿਹੜੀ ਚਾਦਰ ਵਗੈਰਾ ਉਹ ਛਾਨੇ ਹਾਂ। ਬੱਚਾ ਪਾਰਟੀ ਨਾਲ ਹੀ ਹੈ। ਚਲੋ ਗਾਇਸ ਗਾਇਸ ਚਲੋ ਗਾਇਸ ਚਲੋ ਉਹ ਵੇਖ ਇਹਦੇ ਕੰਮ ਚੱਕ ਗਾਇਸ ਕਿਆ ਕਰਨੇ ਹੈ ਇਹ ਦਾਣੇ। ਪਿੱਛੇ ਤੁਸੀਂ ਮੇਰੇ ਗੰਦਮ ਵੇਖ ਸਕਦੇ ਹੋ, ਇਹ ਸਾਡੇ ਨਨਿਆਲ ਮਾਮੂ ਲੋਕ ਆਉਂਦੀ ਹੈ, ਠੀਕ ਹੈ, ਅਤੇ ਸਾਡੀ ਜਨਾਬੇ ਵਾਲੀ ਇਸ ਸਾਈਡ 'ਤੇ ਕਾਸ਼ਤ ਹੋ ਰਹੀ ਹੈ, ਇਸ ਸਾਈਡ 'ਤੇ ਭੜੋਲੇ ਨੇ, ਉਹ ਪੁੱਛ ਰਹੀ ਸਾਰਾ ਕੁਛ, ਉਹ ਇੱਧਰ ਹੀ ਆ ਰਹੇ, ਉੱਠਣਾ ਹੀ ਪੈਣਾ ਯਾਰ। ਓਏ ਲਓ ਜੀ, ਓਏ ਅਲਹਮਦੁਲਿਲਾ ਜੀ, ਹਾਰਵੈਸਟਰ ਦੇ ਭੜੋਲੇ ਦੇ ਵਿੱਚੋਂ ਦਾਣੇ ਆਉਣਾ ਸ਼ੁਰੂ ਹੋ ਗਏ ਨੇ, ਅਲਹਮਦੁਲਿਲਾ। ਕਿਆ ਬਾਤ, ਅਲਹਮਦੁਲਿਲਾ ਜੀ, ਬੜੀ ਮਾਸ਼ਾਅੱਲਾ ਗੰਦਮ ਹੋਈ ਹੈ ਜਨਾਬ। ਅਲਹਮਦੁਲਿਲਾ ਜੀ,
ਚਲੋ ਜੀ ਹੁਣ ਇਹਨੂੰ ਲੈ ਕੇ ਇਨਸ਼ਾਅੱਲਾ ਘਰ ਚੱਲਦੇ ਹਾਂ, ਅਤੇ ਘਰ ਜਾ ਕੇ ਇਨਸ਼ਾਅੱਲਾ ਇਹਨੂੰ ਤੋੜੇ 'ਚ ਪਾਵਾਂਗੇ। ਟਰਾਲੀ ਵੀ ਮਿਲ ਗਈ ਹੈ।